ਹਾਂਜੀ ਪਿਛਲੇ ਯਾਨੀ ਕਿ ਦੂਜੇ ਭਾਗ ਦੇ ਵਿੱਚ ਆਪਾਂ ਜ਼ਿਕਰ ਕਰਿਆ ਸੀ ਕਿ ਰੋਪੜ ਵੱਲੋਂ ਸਿੰਘ ਜਿਹੜੇ ਦੁਆਬੇ ਤੇ ਮਾਝੇ ਵਾਲੇ ਸਿੰਘ ਸੀ ਉਹ ਆ ਗਏ ਤੇ ਇਧਰੋਂ ਛੱਤ ਤੇ ਬਨੂੜ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਜਿਹੜੀ ਫੌਜ ਸੀ ਉਹਦੇ ਨਾਲ ਜਿਹੜੇ ਉਹਨਾਂ ਸਿੰਘਾਂ ਨੂੰ ਛੱਤ ਜਿਹੜਾ ਚੱਪੜ ਚੜੀ ਹੈ ਉਹਦੇ ਨੇੜੇ ਜਾ ਕੇ ਮਿਲੇ ਤੇ ਉੱਥੋਂ ਹੀ ਜਿਹੜੀ ਉਹੀ ਮੈਦਾਨੇ ਜੰਗ ਦਾ ਮੈਦਾਨ ਜਿਹੜਾ ਚੁਣਿਆ ਗਿਆ ਤੇ ਉੱਥੋਂ ਜਿਹੜੀ ਚਿੱਠੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਭੇਜੀ ਐ ਵਜੀਦ ਖਾਨ ਨੂੰ ਲੜਾਈ ਵਾਸਤੇ ਹੁਣ ਉਹ ਤਰੀਕ ਕਿਹੜੀ ਐ ਲੜਾਈ ਦੀ ਉਹਦੇ ਵਾਸਤੇ ਵੀ ਕਈ ਰਾਏ ਆ ਇਤਿਹਾਸਕਾਰਾਂ ਦੀ ਕੋਈ ਮਈ 1710 ਦੱਸਦਾ ਹੈ ਮਈ ਦੀਆਂ ਅਲੱਗ-ਅਲੱਗ ਤਰੀਕਾਂ ਦਾ ਜ਼ਿਕਰ ਆਉਂਦਾ ਤੇ ਕਿਸੇ ਕਿਸੇ ਇਤਿਹਾਸਕਾਰ ਨੇ ਜੂਨ 1710 ਦੱਸਿਆ ਚਲੋ ਜੀ ਮਈ ਜੂਨ ਆਪਾਂ ਮਹੀਨਾ ਲਾ ਕੇ ਚੱਲਦੇ ਆ ਕਿ 1710 ਦਾ ਹੋ ਸਾਲ ਐ ਅਲੱਗ-ਅਲੱਗ ਤਰੀਕਾਂ ਕਿਉਂਕਿ ਉਹੀ ਤਰਾਸ ਦੀ ਐ ਸਾਡੀ ਕਿ ਅਸੀਂ ਤਰੀਕਾਂ ਵੀ ਜਿਹੜੀਆਂ ਹੁਣ ਤੱਕ ਉਹ ਨਿਰਧਾਰਤ ਨਹੀਂ ਕਰ ਸਕੇ ਹੁਣ ਸਰੰਦ ਦੇ ਵਿੱਚ ਵਜੀਦ ਖਾਨ ਕੋਲ ਜਦੋਂ ਅਲੱਗ-ਅਲੱਗ ਜਿੱਤਾਂ ਹੋਈਆਂ ਖਾਸ ਤੌਰ ਤੇ ਸਢੌਰਾ ਸਮਾਣਾ ਜਿੱਤੇ ਗਏ ਬਨੂੜ ਜਿੱਤਿਆ ਗਿਆ ਤੇ ਉਤੋਂ ਇਹ ਹੋ ਗਿਆ ਕਿ ਹੋਰ ਸਿੱਖ ਵੀ ਜਿਹੜੇ ਰਲ ਗਏ ਤਾਂ ਇੱਕ ਪਲੈਨਿੰਗ ਜਿਹੜੀ ਉੱਥੇ ਸਟਰੈਟਜੀ ਜਿਹੜੀ ਬਣਾਈ ਗਈ ਕਿ ਹੁਣ ਕੋਈ ਬੰਦਾ ਇਹੋ ਜਿਹਾ ਭੇਜਿਆ ਜਾਵੇ ਬਾਬਾ ਬੰਦੇ ਬਹਾਦਰ ਦੀ ਫੌਜ ਦੇ ਵਿੱਚ ਕਿ ਜੇ ਲੜਾਈ ਦੇ ਵਿੱਚ ਸਰੰਦ ਦਬਦਾ ਦਿਖੇ ਤਾਂ ਉਹ ਭਗੜ ਕੋਈ ਮਚਾ ਦੇਵੇ ਇੱਕ ਵਾਰ ਲਾ ਦੋ ਤੇ ਉਹ ਤੇ ਬਾਅਦ ਉਹ ਭੱਜ ਲਵੇ ਵਿੱਚੋਂ ਮਤਲਬ ਨੁਕਸਾਨ ਕਰੇ ਅੰਦਰ ਜਾ ਕੇ ਵਜੀਦ ਖਾਨ ਨੇ ਸੋਚਿਆ ਵੀ ਜੇ ਤੱਕ ਕੋਈ ਮੁਸਲਮਾਨ ਬੰਦਾ ਭੇਜਦਾ ਤਾਂ ਉਹ ਸ਼ੱਕ ਬੰਦਾ ਅਸੀਂ ਬਹਾਦਰ ਨੂੰ ਹੋ ਸਕਦਾ ਤਾਂ ਇੱਕ ਹਿੰਦੂ ਬੰਦਾ ਜਿਹੜਾ ਚੁਣਿਆ ਗਿਆ ਜਿਹਦਾ ਨਾਂ ਸੀ ਗੰਡਾ ਮਲ ਜਿਹੜਾ ਕੇ ਸੁਚਾਨੰਦ ਦਾ ਭਤੀਜਾ ਸੀ ਉਹਨੂੰ ਚੁਣਿਆ ਗਿਆ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਿਹੜਾ ਭੇਜਿਆ ਗਿਆ ਜਿਹੜਾ ਕਿ ਕੁਝ ਫੌਜੀ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਗਿਆ ਤੇ ਜਾ ਕੇ ਉਹਨੇ ਕਿਹਾ ਵੀ ਜਿਹੜਾ ਮੇਰੇ ਚਾਚੇ ਸੁੱਚਾ ਨੰਦ ਨੇ ਕਰਿਆ ਮੈਨੂੰ ਬੜਾ ਪਛਤਾਵਾ ਹੈ ਤੇ ਮੈਂ ਉਹਦਾ ਜਿਹੜਾ ਪਾਪ ਆਹੋ ਤੁਹਾਡੇ ਨਾਲ ਤੁਹਾਡੇ ਵੱਲੋਂ ਲੜ ਕੇ ਧੋਣੇ ਚਾਹਣਾ ਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੋ ਗਿਆ ਸੀ ਪਰ ਉਹਨੂੰ ਨਾਲ ਰੜਾ ਲਿਆ ਤੇ ਨਾਲ ਬਾਜ ਸਿੰਘ ਨੂੰ ਫੇਕਿਆ ਕਿ ਆਪਣੀ ਜਿਹੜੀ ਨਿਗਾਹ ਇਹਦੇ ਉੱਤੇ ਜ਼ਰੂਰ ਰੱਖੀ ਭਰਤੀ ਕਰ ਲੋ ਪਰ ਨਿਗਾਹ ਜ਼ਰੂਰ ਰੱਖੀ ਮੈਨੂੰ ਬੰਦਾ ਸ਼ੱਕੀ ਲੱਗਦਾ ਲੋ ਜੀ ਹੁਣ ਉਹੀ ਕੇਸ਼ ਮદાનੇ ਜੰਗ ਆਪ ਚੁਣਿਆ ਸੀ ਸਰੰਦ ਵੱਲੋਂ ਫੌਜਾਂ ਜਿਹੜੀਆਂ ਆ ਗਈਆਂ ਹਿੰਦੁਸਤਾਨ ਦੀਆਂ ਲੜਾਈਆਂ 'ਚ ਇੱਕ ਗਲਤੀ ਬੜੀ ਹੋਈ ਆ ਜਿਹਦਾ ਜਿਕਰ ਡਾਕਟਰ ਸਰਿੰਦਰ ਕੁਮਾਰ ਹਿਸਟੋਰੀਅਨਾਂ ਨੇ ਉਹਨਾਂ ਨੇ ਕਰਿਆ ਹੈ ਕਿ ਹਿੰਦੁਸਤਾਨੀ ਹਾਰਾਂ 'ਚ ਬਹੁਤਾ بڑا ਕਾਰਨ ਚਤੁਰੰਗਣੀ ਫੌਜ ਦਾ ਹੋਣਾ ਚਤੁਰੰਗਣੀ ਫੌਜ ਦਾ ਮਤਲਬ ਸੀ ਵੀ ਹਾਥੀ ਅੱਗੇ ਲਾ ਕੇ ਲੜਨਾ ਇਹ ਗਲਤੀ ਇੱਥੇ ਵਜੀਦ ਖਾਨ ਨੇ ਫੇਰ ਕਰੀ ਹੈ ਕਿ ਉਹਦਾ ਮਤਲਬ ਇਹ ਹੁੰਦਾ ਸੀ ਵੀ ਜਦੋਂ ਸਾਹਮਣੇ ਹਮਲਾ ਹੁੰਦਾ ਤਾਂ ਹਾਥੀ ਆ ਜਿਹੜੇ ਜਾਂ ਤਾਂ ਉਹ ਜਿੱਤਦੇ ਜਾਣਗੇ ਤੇ ਜੇ ਕਿਤੇ ਤਕੜਾ ਹਮਲਾ ਹੋ ਗਿਆ ਤਾਂ ਹਾਥੀ ਪਿੱਛੇ ਨੂੰ ਭੱਜ ਲੈਣੇ ਆਪਣੀ ਉਹ ਫੌਜ ਨੂੰ ਜਿਹੜੀ ਉਹ ਦਰੜ ਦਿਆ ਕਰਦੇ ਸੀ। ਇਹੀ ਗਲਤੀ ਇੱਥੇ ਸਰਹੰਦ ਵੱਲੋਂ ਹੋਈ। ਹੁਣ ਵਜੀਦ ਖਾਨ ਦੀ ਜਿਹੜੀ ਸਫਬੰਦੀ ਹੈ ਜਿਹੜਾ ਖਾਫੀ ਖਾਨ ਆ ਉਹਨੇ ਇਹ ਹਾਲ ਸਾਰਾ ਲਿਖਿਆ ਜੰਗ ਦਾ ਜਿਹੜਾ ਅੱਖੀਂ ਦੇਖਿਆ ਹਾਲ ਆ ਜਿਹੜਾ ਬਾਅਦ ਦੇ ਵਿੱਚੋਂ ਡਾਕਟਰ ਗੰਡਾ ਸੀ ਉਹਨਾਂ ਨੇ ਉਸ ਉਸ ਰੈਫਰੈਂਸ ਨਾਲ ਖਾਫੀ ਖਾਨ ਨੂੰ ਪੜ੍ਹ ਕੇ ਜਿਹੜਾ ਲਿਖਿਆ। ਉਹ ਵਜੀਦ ਖਾਨ ਦੀ ਸਫਬੰਦੀ ਕਿਵੇਂ ਸੀ? ਸਾਰਿਆਂ ਤੋਂ ਅੱਗੇ ਤੋਪਾਂ ਉਤੇ ਨਾ ਦੂਜੇ ਨੰਬਰ ਦੇ ਉੱਤੇ ਹਾਥੀ ਫੇਰ ਪੈਦਲ ਫੌਜ ਸੀ ਜਿਹੜੀ ਫਿਰ ਸਾਈਡਾਂ ਦੇ ਉੱਤੇ ਘੋੜਸਵਾਰ ਸੀ ਤੇ ਉਹਦੇ 28 ਪਰਗਣੇ ਸੀ ਜਿਹੜੇ ਟੋਟਲ ਸਰੰਦ ਦੇ ਵਿੱਚ ਆਉਂਦੇ ਉਹਨਾਂ ਦੀ ਟੋਟਲ 49000 ਦੇ ਕਰੀਬ ਜਿਹੜੀ ਫੌਜ ਬਣਦੀ ਹੈ ਤੇ ਉਸ ਤੋਂ ਪਹਿਲਾਂ ਜਿਹਹਾਦ ਦੇ ਨਾਂ ਤੇ ਉਹਨੇ ਰੌਲਾ ਪਾਤਾ ਸੀ ਕਿ ਇਹ ਜਿਹੜੇ ਸਿੱਖ ਫੌਜ ਆ ਰਹੇ ਹੈ ਜੀ ਇਹ ਧਰਮ ਦੇ ਉੱਤੇ ਹਮਲਾ ਹੈ ਉਹ ਲੋਕ ਜਜਬਾਤੀ ਹੋ ਕੇ ਜਿਹੜੇ ਨਾਲ ਸੀ ਜਿਹਹਾਦ ਦੇ ਨਾਂ ਤੇ ਤੁਰੇ ਹੋਏ ਜਿਹੜੇ ਕਿ ਉਹਦੇ ਫੌਜੀ ਨਹੀਂ ਸੀ ਪਰਾਮ ਤੁਰਪੇ ਸੀ ਉਹ ਅਲੱਗ ਸੀ ਉਸ ਤੋਂ ਬਿਨਾ ਜਿਹੜਾ ਤੀਜਾ ਇੱਕ ਦਾਲ ਸੀ ਮਲੇਰ ਕੁੱਟਲੀਏ ਪਠਾਣਾ ਦਾ ਜਿਹੜਾ ਦਾਲ ਸੀ ਜਿਹੜਾ ਰੋਪੜ ਪਹਿਲਾਂ ਲੜ ਕੇ ਆਇਆ ਉਹ ਇੱਕ ਅਲੱਗ ਸੀ ਉਧਰ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਫੌਜ ਦੇ ਆਪਣੀ ਦੇ ਤਿੰਨ ਹਿੱਸੇ ਬਣਾਏ ਤੇ ਆਪ ਉਹ ਦੋ ਹਿੱਸੇ ਜਿਨ੍ਹਾਂ ਨੇ ਅੱਗੇ ਲੜਨਾ ਸੀ ਤੀਜਾ ਹਿੱਸਾ ਜਿਹੜਾ ਰਿਜ਼ਰਵ ਸੀ ਜਿਹਨੇ ਬਾਅਦ ਚ ਆਉਣਾ ਸੀ ਜਦੀ ਅਗਵਾਈ ਖੁਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਰੀ ਉਹ ਪਿੱਛੇ ਹੋ ਕੇ ਖੜ ਗਿਆ ਤੇ ਚੱਪੜ ਜੜੀ ਦਾ ਇਹ ਮਦਾਨਾ ਚੱਪੜ ਚਿੜੀ ਅਸਲ ਦੇ ਵਿੱਚ ਛੱਪੜ ਝਿੜੀ ਨਾਂ ਸੀ ਜਿਹੜਾ ਬਾਅਦ ਚ ਵਿਗੜ ਕੇ ਚੱਪੜ ਚਿੜੀ ਬਣਿਆ ਮਤਲਬ ਪਹਿਲਾਂ ਛੱਪੜ ਵੀ ਸੀ ਤੇ ਝਿੜੀ ਵੀ ਸੀ ਮਤਲਬ ਪਾਣੀ ਦਾ ਸਰੋਤ ਵੀ ਸੀ ਉੱਥੇ ਤੇ ਝਿੜੀ ਦਰਖਤ ਵੀ ਸੀ ਸੋ ਉਹਨਾਂ ਦਰਖਤਾਂ ਦੇ ਵਿੱਚ ਬਾਬਾ ਬੰਦਾ ਸੀ ਬਹਾਦਰ ਨੇ ਜਿਹੜਾ ਆਪਣਾ ਟੋਲਾ ਖੜਾ ਕੇ ਰੱਖਿਆ ਜਿਹੜੀ ਰਿਜ਼ਰਵ ਫੌਜ ਸੀ ਜਿਨੇ ਬਾਅਦ ਦੇ ਵਿੱਚੋਂ ਜਾਣਾ ਸੀ ਤੇ ਦੋ ਗੁੱਟਾਂ ਨੇ ਜਿਨ੍ਹਾਂ ਨੇ ਪਹਿਲਾਂ ਜਿਹੜੀ ਲੜਾਈ ਲੜਨੀ ਸੀ ਲਓ ਜੀ ਲੜਾਈ ਸ਼ੁਰੂ ਹੋ ਗਈ ਚੱਲ ਪੀ ਤੀਰ ਅੰਦਾਜ਼ੀ ਦੋਏ ਪਾਸਾਂ ਤੋਂ ਤੇ ਜਿਹੜਾ ਜਬਰਦਸਤ ਹਮਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵੱਲੋਂ ਹੋਇਆ ਤੇ ਜਿਹੜੀਆਂ ਸਰਹੰਦ ਦੀਆਂ ਤੋਪਾਂ ਸੀ ਉਹਨਾਂ ਤੇ ਕਬਜ਼ੇ ਕਰਨੇ ਉਹਨਾਂ ਨੇ ਸ਼ੁਰੂ ਕਰਤੇ ਤੇ ਹਾਥੀ ਪਿੱਛੇ ਨੂੰ ਭੱਜ ਗਏ ਤੇ ਕੋੜ ਸਵਾਰਾਂ ਦੀ ਜਿਹੜੀ ਆਪਸ ਚੁੱਥੇ ਫਿਰ ਬੜੀ ਫਸਮੀ ਜੰਗ ਜਿਹੜੀ ਹੋਈ ਹੈ ਜਦੋਂ ਇਹ ਜੰਗ ਪੂਰੇ ਸਿਰੇ ਤੇ ਸੀ ਉਸ ਵਕਤ ਫਿਰ ਗੰਡਾ ਮਲ ਸੀ ਜਿਹੜਾ ਸਰਹੰਦ ਵੱਲੋਂ ਆ ਕੇ ਰਲਿਆ ਸੀ ਉਹਨੇ ਰੌਲਾ ਪਾ ਲਿਆ ਵੀ ਅਸੀਂ ਹਾਰ ਰਹੇ ਹਾਂ ਤੇ ਉਹ ਭੱਜਣ ਲੱਗਿਆ ਤੇ ਬਾਬਾ ਸਿੰਘ ਨੂੰ ਜਿਵੇਂ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਹੋਇਆ ਸੀ ਵੀ ਅੱਖ ਰੱਖੀ ਉਹਨੇ ਦੇਖ ਲਿਆ ਤੇ ਉਹਨੇ ਗੰਡਾ ਮਲ ਨੂੰ ਉੱਥੀ ਜਿਹੜਾ ਕਤਲ ਕਰਿਆ ਤੇ ਉਹਦੇ ਜਿਹੜੇ ਸਿਪਾਹੀ ਸੀ ਉਹ ਵਿੱਚੋਂ ਭੱਜ ਗਏ ਤੇ ਐਨ ਉਸ ਵੇਲੇ ਜਦੋਂ ਭਗਦੜ ਮੱਚੀ ਐ ਬਾਬਾ ਬੰਦਾ ਸਿੰਘ ਬਹਾਦਰ ਫਿਰ ਐਂਟਰ ਹੁੰਦਾ ਲੜਾਈ ਦੇ ਵਿੱਚ ਜਿਹੜਾ ਉਹਦਾ ਆਪਣਾ ਦਲ ਸੀ ਜਿਹਦਾ ਪੂਰਾ ਮੈਂ ਪਹਿਲਾਂ ਵੀ ਦੱਸਿਆ ਕਿ ਖਾਫੀ ਖਾਨ ਨੇ ਜਿਹੜਾ ਇਹਦਾ ਪੂਰਾ ਨਕਸ਼ਾ ਜੁਧ ਦਾ ਲਿਖਿਆ ਹੋਇਆ ਸੋ ਲੜਾਈ ਚੱਲਦੀ ਚ ਬੜਾ ਨੁਕਸਾਨ ਸਰਹੰਦੀਆਂ ਫੌਜਾਂ ਦਾ ਹੋਇਆ ਵਜੀਦ ਖਾਨ ਦਾ ਜਿਹੜਾ ਆਹਮੋ ਸਾਹਮਣੇ ਹਮਲਾ ਜਿਹੜਾ ਸਾਹਮਣਾ ਉਹ ਬਾਜ ਸਿੰਘ ਨਾਲ ਹੋਇਆ ਤੇ ਫਤੇਹ ਸਿੰਘ ਨਾਲ ਹੋਇਆ ਹੁਣ ਇਤਿਹਾਸ ਇੱਥੇ ਆ ਗਿਆ ਕਿ ਕਿਤੇ ਉਹ 7 ਸਾਲ ਦਾ 5 ਸਾਲ ਦਾ ਫਤੇਹ ਸਿੰਘ ਤੇ ਉਹਨੂੰ ਬੰਦ ਬੰਦਾ ਸੀ ਬਹਾਦਰ ਨੇ ਪੁੱਛਿਆ ਸੀ ਵੀ ਤੈਨੂੰ ਛੱਡ ਦੀਏ ਕੀ ਕਰੋਗੇ ਤਾਂ ਉਹਨੇ ਕਿ ਹਜੀ ਵੀ ਜਾਉਂਗੇ ਸਿੰਘਾਂ ਨੂੰ ਇਕੱਠੇ ਕਰੂੰਗੇ ਵਾਪਸ ਆਉਂਗੇ ਤਾਂ ਉਹ ਤਾਂ ਚਲੋ ਸ਼ਹੀਦੀ ਸਾਬਜਾਦਿਆਂ ਦੀ ਹੋ ਗਈ ਸੀ ਤੇ ਅੱਜ ਜਿਹੜਾ ਸਾਹਮਣੇ ਆਇਆ ਉਹਦਾ ਨਾਂ ਵੀ ਜਿਹੜਾ ਫਤੇਹ ਸਿੰਘ ਹੈ ਤਾਂ ਫਤੇਹ ਸਿੰਘ ਦੀ ਬਾਰ ਦੇ ਨਾਲ ਕਿਰਪਾਨ ਦੇ ਬਾਰ ਦੇ ਨਾਲ ਜਿਹੜੇ ਟੋਟੇ ਆ ਅਬਜੀਦ ਖਾਨ ਦੇ ਉੱਥੇ ਦੱਸਦਿਆਂ ਹੋਏ ਆ ਤੇ ਜਿਹੜਾ ਮਲੇਰ ਕੋਟਲੀਆ ਸ਼ੇਰ ਮੁਹੰਮਦ ਖਾਨ ਆ ਉਹ ਵੀ ਜਿਹੜਾ ਇੱਥੇ ਹੀ ਮਾਰਿਆ ਗਿਆ ਤੇ ਮਲੇਰ ਕੋਟਲੀਆ ਪਠਾਣਾਂ ਦਾ ਲਗਭਗ ਸਾਰਾ ਹੀ ਖਾਨਦਾਨ ਜਿਹੜਾ ਉਹ ਚੱਪੜ ਚਿੜੀ ਤੱਕ ਖਤਮ ਹੋ ਗਿਆ ਜੀ ਅੱਗੋਂ ਫਿਰ 10-15 ਮੀਲ 10 ਕੁ ਮੀਲ ਦਾ ਉੱਥੋਂ فاਸਲਾ ਹੈ ਤੇ ਸਰਹੰਦ ਦੇ ਵਿੱਚ ਫਿਰ ਐਂਟਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਰੀ ਹੈ ਬੜਾ ਇੰਪੋਰਟੈਂਟ ਸ਼ਹਿਰ ਸੀ ਤੋਪਾਂ ਬੀੜੀਆਂ ਹੋਈਆਂ ਸੀ ਆਲੇ ਦੁਆਲੇ ਇੱਕ ਤੋਪ ਨੇ ਕਈ ਸਿੱਖਾਂ ਦਾ ਨੁਕਸਾਨ ਵੀ ਕਰਿਆ ਪੰਜ 100 ਸਿੱਖ ਜਿਹੜਾ ਸ਼ਹੀਦ ਵੀ ਹੋਇਆ ਜਦੋਂ ਐਂਟਰੀ ਸਰੰਦ ਦੇ ਵਿੱਚ ਹੋਈ ਹੈ ਤੇ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸ਼ਹੀਦ ਗਾਂਝ ਜਿਹੜਾ ਉੱਥੇ ਬਣਿਆ ਵੀ ਹੋਇਆ ਤੇ ਇੰਨਾ ਇੰਪੋਰਟੈਂਟ ਸ਼ਹਿਰ ਸੀ ਵੀ ਕਰਮ ਸਿੰਘ ਹਿਸਟੋਰੀਅਨ ਹੋਰੀ ਲਿਖਦੇ ਆਂ ਵੀ ਜੇ ਸਰੰਦ ਨੂੰ ਸਿਰਪੀੜ ਹੁੰਦੀ ਹੈ ਤਾਂ ਬੁਖਾਰ ਦਿੱਲੀ ਨੂੰ ਚੜਜਾ ਕਰਦਾ ਸੀ ਇੰਨਾ ਇੰਪੋਰਟੈਂਟ ਸ਼ਹਿਰ ਸੀ ਸਰੰਦ ਚ ਕੁਝ ਵੀ ਵਾਪਰਦਾ ਤਾਂ ਦਿੱਲੀ ਤੱਕ ਉਹਦਾ ਅਸਰ ਆ ਜਿਹੜਾ ਹੋਇਆ ਕਰਦਾ ਸੀ ਬਹੁਤ ਪੁਰਾਣਾ ਸ਼ਹਿਰ ਹੈ ਰਾਜਨੀਤਿਕ ਤੌਰ ਤੇ ਬੜਾ ਉੱਚਾ ਦਰਜਾ ਇਹ ਸ਼ਹਿਰ ਰੱਖਦਾ ਹੁੰਦਾ ਸੀ ਸੋ ਉਹ ਤੋਂ ਬਾਅਦ ਜਿਹੜੀ ਐਂਟਰੀ ਹੋਈ ਐਂਟਰੀ ਤੋਂ ਬਾਅਦ ਫਿਰ ਜਿਹੜੀਆਂ ਜੋਗੀ ਅੱਲਾ ਯਾਰ ਖਾਨ ਨੇ ਜਿਹੜਾ ਕੁਝ ਉੱਥੇ ਵਾਪਰਿਆ ਜੋਗੀ ਅੱਲਾ ਯਾਰ ਖਾਨ ਦੀਆਂ ਦੋ ਲਾਈਨਾਂ ਹੁੰਦੀਆਂ ਜਿਨ੍ਹਾਂ ਚ ਲਿਖਦਾ ਜੋਗੀ ਜੀ ਇਸਕੇ ਬਾਅਦ ਬਾਅਦ ਤੋਂ ਥੋੜੀ ਹੀ ਦੇਰ ਥੀ ਬਸਤੀ ਸਰਹੰਦ ਕੀ ਹੋਈ ਇਟੋਂ ਕਟੇਰ ਥੀ ਇਟਾਂ ਦੇ ਢੇਰ ਜਿਹੜੇ ਉੱਥੇ ਲੱਗੇ ਮਹਿਲਾਂ ਦੇ ਮਹਿਲ ਜਿਹੜੇ ਢਾਕੇ ਸਿੱਖ ਫੌਜਾਂ ਨੇ ਰੱਖ ਤੇ ਜਿੱਤਣ ਤੋਂ ਬਾਅਦ ਵੀ ਇੱਥੇ ਹੀ ਬਬਲੀ ਸਿੰਘ ਨੇ ਫਿਰ ਜਦੋਂ ਸਾਰੀ ਜਿੱਤ ਹੋ ਗਈ ਫਿਰ ਆਲੀ ਸਿੰਘ ਨੂੰ ਪੁੱਛਿਆ ਕਿਉਂਕਿ ਉਹ ਉੱਥੇ ਕੰਮ ਕਰਦਾ ਰਿਹਾ ਉਹਨੂੰ ਸਾਰਾ ਪਤਾ ਸੀ ਕਿ ਕਿੱਥੇ ਉਹ ਦੀਵਾਰ ਆ ਜਿੱਥੇ ਚਿਣਿਆ ਗਿਆ ਸੀ ਤਾਂ ਉਹਨੇ ਦਰਸ਼ਨ ਆ ਪਾਲੀ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਰਾਏ ਆ ਜਿੱਥੇ ਬਾਬਾ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਜਿਹੜਾ ਸਜਦਾ ਸਹਿਬਜ਼ਾਦਿਆਂ ਨੂੰ ਉੱਥੇ ਦੱਸਦੇ ਆ ਕਰਿਆ ਜੀ ਜਿੱਤ ਹੋ ਗਈ ਪਰ ਰਾਜਧਾਨੀ ਸਰਾਂਦਨੀ ਬਣਾਇਆ ਕਿਉਂਕਿ ਲੰਬੀ ਸੋਚ ਬਾਬਾ ਬੰਦਾ ਸੀ ਬਹਾਦਰ ਕੋਲ ਸੀ ਜਿੱਤ ਤਾਂ ਆ ਰਿਹਾ ਸੀ ਪਰ ਇਹ ਪਤਾ ਸੀ ਵੀ ਅਸੀਂ ਇੰਨੇ ਹਜੇ ਸਟਰੋਂਗ ਨਹੀਂ ਐਡੀ ਹਕੂਮਤ ਨਾਲੇ ਲੰਬਾ ਟਾਈਮ ਜਿਹੜਾ ਰਾਜ ਕਰ ਸਕੀਏ ਕਿਉਂਕਿ ਸਾਡਾ ਰਾਜ ਹੈ ਜਿਹੜਾ ਕਿਸੇ ਵਕਤ ਵੀ ਜਾ ਸਕਦਾ ਤੇ ਬਹੁਤ بڑے ਖਤਰੇ 'ਚ ਅਸੀਂ ਇੰਨੇ ਤਾਕਤਵਰ ਹਜੇ ਹੈ ਨਹੀਂ ਕਿ ਉਹ ਹਕੂਮਤ ਦੇ ਬਰਾਬਰ ਦਾ ਰਾਜ ਅਸੀਂ ਬਰਾਬਰ ਖੜਾ ਸਕੀਏ ਤਾਂ ਰਾਜਧਾਨੀ ਸਰਾਂਦ ਨੂੰ ਬਣਾਇਆ ਨਹੀਂ ਕਿਉਂਕਿ ਉਤੇ ਕਬਜ਼ਾ ਕਰਨਾ ਤੇ ਹਮਲਾ ਕਰਨਾ ਬੜਾ ਸੌਖਾ ਹੁੰਦਾ ਸੀ ਗੋਲਕ ਤੌਰ ਤੇ ਉਹਦੀ ਸਥਿਤੀ ਸਰੰਦ ਦੀ ਐਹੀ ਸੀ ਤੇ ਰਾਜਧਾਨੀ ਬਣਾਉਣ ਵਾਸਤੇ ਉਹਨੇ ਮੁਫਲਿਸਗੜ ਦੇ ਵਿੱਚ ਜਿਹੜਾ ਲੋਹ ਗੜ ਦਾ ਕਿਲਾ ਉਹ ਚੁਣਿਆ ਉਸ ਵਕਤ ਉੱਥੋਂ ਹੀ ਫਿਰ ਖਾਲਸੇ ਦਾ ਸਿੱਕਾ ਮੋਹਰ ਤੇ ਕੈਲੰਡਰ ਜਾਰੀ ਕਰਕੇ ਖਾਲਸੇ ਦੇ ਰਾਜ ਦੀ ਜਿਹੜੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਨ ਦਾ ਜਿਹੜਾ ਐਲਾਨ ਉਹ ਕੀਤਾ ਆਮ ਤੌਰ ਤੇ ਰਾਜੇ ਆਪਣੇ ਨਾਮ ਦਾ ਸਿੱਕਾ ਕੱਢਿਆ ਕਰਦੇ ਆ ਮੋਹਰ ਕੱਢਦੇ ਆ ਕੈਲੰਡਰ ਜਾਰੀ ਕਰਦੇ ਆ ਪਰ ਦੁਨੀਆ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਕਿ ਬਾਦਸ਼ਾਹ ਨੇ ਆਪਣੇ ਨਾਂ ਦਾ ਜਿਹੜਾ ਸਿੱਕਾ ਉਹ ਇੱਥੇ ਜਾਰੀ ਨਹੀਂ ਕਰਿਆ ਹੁਣ ਇਹ ਜਿਹੜਾ 8 ਕਸਾਲ ਦਾ ਜੀਵਨ ਹੈ 1708 ਤੋਂ ਲੈ ਕੇ 16 ਕਸਾਲ ਦਾ ਇਹਦੇ ਵਿੱਚੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੱਡਾ ਕ ਇਤਿਹਾਸ ਲਿਖਤਾ ਕਿੰਨਾ ਕੁ ਕੁਸ਼ ਕਰਤਾ ਕਿੰਨੀਆਂ ਕਿੱਡੀਆਂ ਬੜੀਆਂ ਜਿੱਤਾਂ ਜਿਹੜੀਆਂ ਦਰਜ ਕਰੀਆਂ